मेरे मरण तो बाद सरकार कुछ फंड देगी कि हम उन्होंने फंड एक्सचेंज किए जाते हैं तो मेरे बच्चे अनाथ होने तो बच जाएंगे। मेहरबानी करो सी अंदर लुधियाणा की केंद्रीय जेल विच बतौर डीएसपी तैनात हरजिंदर सिंह दा अज एक निजी हस्पताल विच देहांत हो गया। उन्हां दा अंतिम संस्कार मोहाली विखे कीता जाएगा। उन्हां वल्लों बीते दिनी सरकार नूं एक वीडियो पा के अपील कीती गई सी कि उन्हां दे बच्चां नूं अनाथ होण तों बचा लिया जाए, जिस तों बाद सरकार ने इलाज लई मंजूरी भी दे दित्ती सी पर उन्हां दी जान नहीं बचाई जा सकी। दस दईए कि ओह लंबे समय तों लंग्स खत्म होण करके जिंदगी ते मौत दी लड़ाई लड़ रहे सन। हस्पताल के PRO लखबीर सिंह वधवाल ने कहा कि अज दोपहर उन्हां दा देहांत होया। इस संबंधी उन्हां दे परिवारक मैंबरां नूं जानकारी दे दित्ती गई है। डीएसपी हरजिंदर सिंह दी मौत हुई है। हाँ जी, डिप्टी हरजिंदर सिंह जी जो कि साढ़े सतगुरु प्रताप सिंह हस्पताल 6 अप्रैल तो जेरे इलाज सन, जदों आए सी उन्हां नूं कोविड होया सी, उन्हां दी लंग काफ़ी खराब सी ते काफ़ी साढ़े डॉक्टरां ने एफर्ट किए और बहुत वधिया ढंग नाल इलाज भी चलिया ते लेकिन उन्होंने 70% के करीब फेफड़े बिल्कुल ही डैमेज हो चुके थे। तो जो कि पिछे इन्हों की गल भी चली सी क्योंकि जो ज़्यादा खराब हो जाए तो लंग ट्रांसप्लांट ही कराने पैंदे ते समय से नहीं कराए जा सके, जो भी इन्होंने जो भी प्रोसैस से जो इन्होंने पहले तो कहें आप ही करवाने फिर शायद सरकार वालों करवाने आख्या गया थोड़ा जहा तो वो काफ़ी सीरीयस हो गए थे। कल अज 12:34 तो उन्होंने डैथ हो गई। ਭਾਅ ਜੀ ਕੋਵਿਡ ਦਾ ਇਲਾਜ ਚੱਲ ਰਿਹਾ ਸੀ, ਉਹਨਾਂ ਦਾ ਕੋਵਿਡ ਤਾਂ 6 ਅਪ੍ਰੈਲ ਤੋਂ ਬਾਅਦ 10-12 ਦਿਨ ਬਾਅਦ ਨੈਗੇਟਿਵ ਆ ਗਿਆ, ਲੇਕਿਨ ਉਹਨਾਂ ਦੇ ਲੰਗ ਬਹੁਤ ਜ਼ਿਆਦਾ ਇਫੈਕਟਡ ਹੋ ਗਏ ਸੀ। ਉਹਨਾਂ ਨੂੰ ਪਹਿਲਾਂ ਮਿੰਨੀ ਵੈਂਟੀਲੇਟਰ 'ਤੇ ਲਾਇਆ ਗਿਆ, ਛੋਟੇ ਵੈਂਟੀਲੇਟਰ 'ਤੇ, ਕਿਉਂਕਿ ਨੀ ਉਹਨਾਂ ਨੂੰ ਸਹੀ ਢੰਗ ਦਾ ਸਾਫ ਫੇਫੜੇ ਉਹਨਾਂ ਦਾ ਸਾਫ ਨਹੀਂ ਦੇ ਰਹੇ ਸੀ ਅਤੇ ਉਹਨਾਂ ਨੂੰ ਅਸੀਂ ਆਕਸੀਜਨ ਦੇਈ ਜਾ ਰਹੇ ਸੀ, ਲੇਕਿਨ ਉਹਦਾ ਮੇਨ ਇੱਕੋ ਹੱਲ ਹੁੰਦਾ ਜੀ, ਜੇ ਮਤਲਬ ਲੰਗ ਟ੍ਰਾਂਸਪਲਾਂਟ ਹੋ ਜਾਂਦੇ ਸ਼ਾਇਦ ਵੱਜ ਜਾਂਦੇ। ਸਰ ਇਹਨਾਂ ਦੀ ਸਰਕਾਰੀ ਤੌਰ 'ਤੇ ਇਹਨਾਂ ਦੇ ਜਿਹੜੇ ਨੇ ਸੁਪਰਡੈਂਟ ਜੇਲ੍ਹ ਸੁਪਰਡੈਂਟ ਸਾਹਿਬ ਉਹਨਾਂ ਦੀਓਂ ਕਾਫ਼ੀ ਸਰਕਾਰ ਦੇ ਨਾਲ ਰਾਬਤਾ ਕਾਇਮ ਸੀ, ਸ਼ਾਇਦ ਮੇਰੇ ਹਿਸਾਬ ਨਾਲ CM ਸਾਹਿਬ ਨੇ ਵੀ ਅਪਰੂਵਲ ਕਰਤੀ ਸੀ। ਉਸ ਤੋਂ ਬਾਅਦ ਇਹਨਾਂ ਦੇ ਸਰਕਾਰੀ ਕੰਮ ਤੁਹਾਨੂੰ ਪਤਾ ਥੋੜ੍ਹਾ ਜਿਹਾ ਤਾਂ ਟਾਈਮ ਲੱਗਦਾ ਹੀ ਹੈ ਜੀ, ਉਹਨਾਂ ਨੇ ਕਾਫ਼ੀ ਉੱਥੇ ਜਾ ਕੇ ਪਤਾ ਵੀ ਕਰਕੇ ਆਏ ਹੈਦਰਾਬਾਦ ਜਾਂ ਹੋਰ ਕਈ ਜਗ੍ਹਾ 'ਤੇ ਜਿੱਥੇ ਕਰਾਉਣਾ ਸੀ ਅਤੇ ਉਹ ਟਾਈਮ 'ਤੇ ਥੋੜ੍ਹਾ ਜਿਹਾ ਹੋ ਗਿਆ ਲੇਟ ਅਤੇ ਪਰਿਵਾਰਕ ਮੈਂਬਰ ਉਹਨਾਂ ਦੇ ਸ਼ਾਇਦ ਭੂਆ ਜੀ ਦਾ ਬੇਟਾ ਆਇਆ ਹੋਇਆ ਜੀ ਅਤੇ ਹੋਰ ਉਹਨਾਂ ਦੀ ਮਾਤਾ ਜੀ ਜਾਂ ਹੋਰ ਕੁਛ ਆ ਰਹੇ ਨੇ ਅਜੇ ਪਹੁੰਚੇ ਨਹੀਂ। ਅਧਿਕਾਰੀ ਤੌਰ 'ਤੇ ਮੇਰੇ ਖਿਆਲ ਨਾਲ ਸ਼ਾਇਦ ਇੱਕ ਡਿਪਟੀ ਸਾਹਿਬ ਆਏ ਨੇ ਇੱਥੇ ਅਤੇ ਨਾਂ ਨਹੀਂ ਪਤਾ ਮੈਨੂੰ ਕੀ ਹੈ, ਇੱਕ ਸ਼ੇਰਪੁਰ ਚੌਂਕੀ ਇੰਚਾਰਜ ਉਹ ਵੀ ਪਹੁੰਚੇ ਨੇ, ਸਾਡੇ ਇੰਸਪੈਕਟਰ 6 ਨੰਬਰ ਤੋਂ ਬਰਾੜ ਸਾਹਿਬ ਉਹ ਵੀ ਪਹੁੰਚ ਚੁੱਕੇ ਨੇ, ਉਹਨਾਂ ਦੇ ਅਧਿਕਾਰੀ ਹੁਣ ਆਉਣੇ ਚਾਲੂ ਹੋ ਗਏ ਨੇ ਜੀ, ਆ ਰਹੇ ਨੇ ਜੀ। ਦੇਖੋ ਜੀ, ਵੈਸੇ ਤਾਂ ਮੈਂ ਤੁਹਾਨੂੰ ਦੱਸਾਂ ਵੀ ਅਜੇ ਕੁਛ ਪੇਮੈਂਟ ਵਗੈਰਾ ਕਿਉਂਕਿ ਇਹਨਾਂ ਨੂੰ 2 ਮਹੀਨੇ ਤੋਂ ਉੱਤੇ ਹੋ ਗਿਆ ਸੀ, ਪੇਮੈਂਟ ਸਿਰਫ ਮੇਰੇ ਹਿਸਾਬ ਨਾਲ 1.5 ਲੱਖ ਦੇ ਕੀ ਵੀ ਪਰਿਵਾਰ ਹੋਇਆ ਅਤੇ ਉਹ ਕੁਛ ਪੇਮੈਂਟ ਦਾ ਵੀ ਦੇਖਣਗੇ ਜਾਂ ਕੋਈ ਜੋ ਵੀ ਕਰਨੇ ਜੋ ਥੋੜ੍ਹਾ ਜਿਹਾ ਤਾਂ ਹੁੰਦਾ ਹੀ ਹੈ, ਟਾਈਮ ਲੱਗ ਜਾਂਦਾ 1.5-2 ਘੰਟੇ ਦੇ ਲੱਗ ਜੂਗਾ। ਉੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਲਾਜ ਦਾ ਸਾਰਾ ਖਰਚਾ ਸਰਕਾਰ ਦੇ ਰਹੀ ਸੀ ਪਰ ਉਸ ਦੇ ਬਾਵਜੂਦ ਉਹਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਸਰਕਾਰ ਵੱਲੋਂ ਪਰਿਵਾਰ ਦੀ ਅੱਗੇ ਵੀ ਮਦਦ ਜਾਰੀ ਰਹੇਗੀ। ਕੀ ਨਾਮ ਹੈ ਤੁਹਾਡਾ ਤੇ ਕੀ ਲੱਗਦੇ ਹੋ? ਮੈਂ ਸਿਮਰਨਜੀਤ ਸਿੰਘ ਸੋਢੀ ਜੀ, ਮੈਂ ਹਰਜਿੰਦਰ ਸਿੰਘ ਜੀ ਮੇਰੇ ਦੋਸਤ ਸੀਗੇ, ਬਹੁਤ ਕਰੀਬੀ ਸੀਗੇ, ਬਹੁਤ ਕਰੀਬੀ ਮਿੱਤਰ ਸੀਗੇ ਮੇਰੇ। ਅੱਜ ਬੜੀ ਦੁਖਦਾਈ ਖਬਰ ਆਈ ਹੈ ਵੀ ਰੱਬ ਦਾ ਭਾਣਾ ਹੈ, ਜੋ ਕੋਸ਼ਿਸ਼ਾਂ ਬਹੁਤ ਕੀਤੀਆਂ CM ਆਫਿਸ ਵੱਲੋਂ ਵੀ ਬੜੇ ਯਤਨ ਕੀਤੇ ਗਏ, ਧੰਨਵਾਦ ਕਰਦੇ ਹਾਂ CM ਸਾਹਿਬ ਦਾ ਕਿ ਅਸੀਂ ਗਏ ਸੀ, ਉਹਨਾਂ ਨੇ ਸਾਡੀ ਗੁਹਾਰ ਸੁਣੀ ਸੀਗੀ। ਨਾਲ ਬੇਨਤੀ ਵੀ ਕਰਦੇ ਹਾਂ CM ਸਾਹਿਬ ਨੂੰ ਕਿ CM ਸਾਹਿਬ ਔਖੀ ਘੜੀ ਹੈ ਪਰਿਵਾਰ ਦੀ, ਬਾਂਹ ਤੁਸੀਂ ਪਹਿਲਾਂ ਵੀ ਫੜੀ ਸੀਗੀ, ਇਹ ਬਾਂਹ ਛੱਡਣਾ ਨਾ, ਬਸ ਇਹੀ ਬੇਨਤੀ ਹੈ। ਉਹਦੇ ਬੱਚੇ ਵਾਸਤੇ ਜੋ ਬਣਦੀ ਨੌਕਰੀ ਹੈ ਸਰ, ਉਹਦੀ ਅਨਾਊਂਸਮੈਂਟ ਤੁਸੀਂ ਜੋ ਜਲਦੀ ਤੋਂ ਜਲਦ, ਔਰ ਜੋ ਉਹਦੀ ਗ੍ਰਾਂਟ ਹੈਗੀ ਹੈ ਉਹਨੂੰ ਜੋ ਗ੍ਰਾਂਟ ਬਣਦੀ ਮਿਲਦੀ ਹੈ, ਜੋ ਕੋਵਿਡ ਦੇ ਵਿੱਚ ਉਹ ਇੱਕ ਕੋਵਿਡ ਯੋਧਾ ਆਪਣੀ ਡਿਊਟੀ ਦੇ ਉੱਪਰ ਸ਼ਹੀਦ ਹੋਇਆ ਸਰ, ਇਮਾਨਦਾਰ ਅਫਸਰ ਸੀ ਸਰ, ਫਾਈਨੈਂਸ਼ੀਅਲ ਕੰਡੀਸ਼ਨ ਤੁਹਾਨੂੰ ਸਭ ਨੂੰ ਪਤਾ ਹੈ, ਸਭ ਜਨਤਕ ਹੈ, ਅਤੇ ਇਸ ਪਰਿਵਾਰ ਦੀ ਬਾਂਹ ਨਾ ਛੱਡੀ ਜਾਏ CM ਸਾਹਿਬ। ਮੈਂ ਤੁਹਾਡੇ ਤੋਂ ਬਹੁਤ ਹੋਪਸ ਰੱਖ ਰਿਹਾ ਅਤੇ ਬਹੁਤ ਮੈਂ ਅੱਗੇ ਬੇਨਤੀ ਵੀ ਕਰਦਾ ਤੁਹਾਡੇ ਅੱਗੇ, ਅਤੇ ਆਈ ਨੋ ਯੂ ਵਿਲ ਡੂ ਦ ਬੈਸਟ ਐਂਡ ਆਈ ਹੈਵ ਹਾਈ ਹੋਪਸ ਫਰੋਮ ਯੂ। ਥੈਂਕ ਯੂ ਸੋ ਮਚ। ਜਿਹੜਾ ਸੰਸਕਾਰ ਆ ਉਹ ਕਦੋਂ? ਕੱਲ੍ਹ ਸਵੇਰੇ 11:30 ਜੀ ਮੋਹਾਲੀ ਦੇ ਵਿੱਚ ਅਸੀਂ ਟਾਈਮ ਰੱਖਿਆ ਹੈਗਾ।
तो 11:30 बजे संस्कार की रसम उत्थे की जाएगी। तो परमात्मा अगे ही सारे कहेंगे अरदास करो कि परमात्मा उन्होंने अपने चरणों के अपना निवारण करन। तो भाई यही बेनती है सारे अगर इलाज से किचा आ गया इलाज का सारा खर्चा इतने का सरकार ने दिता है वो दे भी रहे हैं कल चल रही है ऑलरेडी प्रोसैस और सीएम साहब ने अनाउंसमेंट किया अपने वर्ड्स तो पिछे नहीं हटन मैंने पता तो यही बेनती है बस सीएम साहब अगे जो भी वो बनते वो बच्चे की नौकरी हैगी है तो वह बच्चा 18 साल का हैगा उन्हें नौकरी दी जाए जो वो ग्रैजुएशन कर देगा वो प्रोविजनल लैटर उन्होंने दी जाए ताकि कल कोई प्रॉब्लम ना हो क्योंकि सरकार बदल जाती होंगे तो उस परिवार को तंग ना हो। उन्होंने बेटा जी छोटा बेटा 5 साल का वड्डा बेटा 18 साल का मदर है हार्ट पेशेंट ने तो बेटी है वो मैरिड है। यही बेनती है सर सारे अगे हाथ जोड़ के धन्यवाद। लुधियाना तो रुपेश कुमार की रिपोर्ट वधेरे खबरां लई तुसीं देखदे रहो अजीत वैब टीवी। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हां नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।